ਅੱਧਾ ਪਿੰਡ ਕਿਹੜਾ ਉਹ ਪੁੱਛਣਾ ਰਹਿ ਗਿਆ, ਕਿਹੜਾ ਪਿੰਡ ਹੈ ਤੁਹਾਡਾ? ਹਾਂਜੀ ਬਸ ਪਿੰਡ ਵੀ ਮੈਂ ਤੁਹਾਨੂੰ ਦੱਸ ਦੇਣਾ, ਮੇਰੇ ਨਾਲ ਤਾਂ ਇੱਦਾਂ ਦੀ ਗੱਲ ਬੜੀ ਪਈ, ਮੈਂ ਜ਼ੋਰ ਲਗਾ ਥੱਕਿਆ ਨਹੀਂ, ਤੂੰ ਨਾ ਬਦਲੀ ਤਕਦੀਰ ਹੈ, ਮੈਂ ਤਾਂ ਇੱਦਾਂ ਦੇ ਕੇ ਉਹਦੇ 'ਚ ਰਹਿ ਗਿਆ ਜੀ। ਇਹ ਪਿੰਡ ਦਾ ਨਾਮ? ਹਾਂਜੀ ਨਹੀਂ ਸਰ, ਮੇਰਾ ਪਿੰਡ ਸੇਖੂਪੁਰਾ ਜੀ। ਅਤੇ ਕਿਹੜਾ ਸੇਖੂਪੁਰਾ ਜੀ, ਉਹ ਜਿਹੜਾ ਪਟਿਆਲੇ ਕੋਲ ਪੈਂਦਾ ਮਤਲਬ? ਨਹੀਂ ਸਰ, ਸਾਡੇ ਸੇਖੂਪੁਰ ਨੂੰ ਜਾਣਦੇ ਨਹੀਂ ਜੀ, ਮੈਂ ਸੇਖੂਪੁਰ ਕਹਿ ਦਿੰਦਾ ਕਈ ਵਾਰੀ, ਅਗਲਾ ਕਹਿ ਦਿੰਦਾ ਵੀ ਢੰਡਰੀਆਂ ਵਾਲਾ ਸੇਖੂਪੁਰ, ਮੈਂ ਕਹਿੰਦਾ ਨਹੀਂ ਸਰ ਢੰਡਰੀਆਂ ਵਾਲਾ ਨਹੀਂ, ਫਿਰ ਭਾਈ ਬਹਾਦਰਗੜ੍ਹ ਵਾਲਾ ਸੇਖੂਪੁਰ, ਮੈਂ ਕਹਿੰਦਾ ਨਹੀਂ ਬਹਾਦਰਗੜ੍ਹ ਵਾਲਾ ਸੇਖੂਪੁਰ ਨਹੀਂ। ਕਿਹੜਾ ਸੇਖੂਪੁਰ? ਫਿਰ ਕਹਿ ਦਿੰਦੇ ਨੇ ਜੀ ਜਿਹੜਾ ਸਰਹੰਦ ਫਾਟਕ ਦੇ ਕੋਲ ਪੈਂਦਾ ਸੇਖੂਪੁਰ, ਉਹ ਸੇਖੂਪੁਰ, ਮੈਂ ਕਹਿੰਦਾ ਨਹੀਂ ਸਰ ਉਹ ਸੇਖੂਪੁਰ ਨਹੀਂ, ਯਾਰ ਕਿਹੜਾ ਸੇਖੂਪੁਰ, ਮੈਨੂੰ ਬੜਾ ਦੁੱਖ ਆਉਂਦਾ ਜੀ। ਫਿਰ ਮੈਂ ਲੰਬੀ ਡਿਟੇਲ 'ਚ ਦੱਸਿਆ ਵੀ ਮਹਾਂ ਟੌੜਾ ਪਾਰਸਰ ਰੁੜਕੀ ਜਖਵਾਲੀ ਅਨੰਦਪੁਰ ਕੇ 112 ਹਰਦਾਸਪੁਰ ਹੱਲੋ ਤਾਲੀ ਝਿੰਜਰਾਂ ਸੇਖੂਪੁਰ ਤਾਣਾ ਮੂਲੇ ਪਰਥਾਣਾ ਨਾਲੇ ਸੇਖੂਪੁਰ ਆ ਜੀ। ਇੱਕ ਵਾਰੀ ਫੇਰ ਦੱਸ ਦਿਓ ਕਿੱਥੇ ਆ ਸੇਖੂਪੁਰ? ਮੈਂ ਹੈਰਾਨ ਹੁੰਦਾ ਜੀ ਜਦੋਂ ਮੈਨੂੰ ਕੋਈ ਮੇਰੇ ਸੇਖੂਪੁਰ ਨੂੰ ਕੋਈ ਜਾਣਦਾ ਨਹੀਂ, ਮੈਨੂੰ ਕਹਿੰਦੇ ਢੰਡਰੀਆਂ ਵਾਲਾ ਸੇਖੂਪੁਰ, ਮੈਂ ਕਹਿੰਦਾ ਨਾ ਜੀ, ਘਨੌਰ ਵਾਲਾ ਸੇਖੂਪੁਰ, ਮੈਂ ਕਹਿੰਦਾ ਨਾ ਜੀ, ਤੇ ਬਹਾਦਰਗੜ੍ਹ ਵਾਲਾ ਸੇਖੂਪੁਰ, ਨਹੀਂ ਨਹੀਂ ਸਰ, ਅੱਛਾ ਅੱਛਾ ਜਿਹੜਾ ਉੱਥੇ ਫਾਟਕ ਕੋਲ ਪੈਂਦਾ ਸਰਹੰਦ ਸੇਖੂਪੁਰ, ਮੈਂ ਕਹਿੰਦਾ ਨਹੀਂ ਸਰ ਉਹ ਸੇਖੂਪੁਰ ਨਹੀਂ, ਮੇਰਾ ਸੇਖੂਪੁਰ ਤਾਂ ਟੌੜਾ ਪਾਰਸਰ ਰੁੜਕੀ ਜਖਵਾਲੀ ਅਨੰਦਪੁਰ 112 ਹਰਦਾਸਪੁਰ ਹੈਲੋ ਤਾਲੀ ਝਿੰਜਰਾਂ ਸੇਖੂਪੁਰ ਤਾਣਾ ਮੂਲੇ ਪਰਥਾਣਾ ਨਾਲੇ ਸੇਖੂਪੁਰ, ਨਾਲ ਹੀ ਸੇਖੂਪੁਰ, ਘੁੰਮਣ ਘੇਰੀਆਂ 'ਚ ਫਸਾ ਗਈ ਤਾਂ ਫਿਰ ਇੱਥੇ ਗਪ ਖੋ ਗਏ। ਤੇ ਹੋਰ ਕੀ ਸ਼ੌਂਕ ਆ ਤੁਹਾਨੂੰ ਮਤਲਬ ਗਾਉਣ ਵੀ ਆਉਣ ਦਾ? ਵੀ ਮੈਨੂੰ ਲੱਗ ਰਿਹਾ ਥੋੜੇ 'ਚ ਕਿਤੇ ਨਾ ਕਿਤੇ ਕੀੜਾ। ਹਾਂਜੀ ਸਰ, ਬਸ ਹੁਣ ਮੈਨੂੰ ਤਾਂ ਉਹ ਗੀਤ ਵਧੀਆ ਲੱਗਦੇ ਨੇ ਜਿਹੜਾ ਉਹ ਆਪਣਾ ਆਪਣਾ ਛੋਟੇ ਸਾਹਿਬਜ਼ਾਦਿਆਂ ਬਾਰੇ ਗੀਤ ਗਾਇਆ ਸੀ ਸਰਦਾਰ ਮੁੰਡੇ ਨੇ, ਕਿਹੜਾ ਜੀ? ਜਾਂ ਸਾਡੇ ਆਪਣਾ ਝਿੰਜਰ ਸਾਹਿਬ ਦੇ ਸਾਡੇ ਨਜ਼ਦੀਕੀ ਕਲਾਕਾਰ ਨੇ ਜਿਹੜੇ, ਇਹਨਾਂ ਨੇ ਵੀ ਪੱਗ ਦੀ ਸਰਦਾਰੀ ਅਤੇ ਮੁੱਛੇ ਇਹਨਾਂ ਨੇ ਲੈਂਦੀ ਆ। ਮੈਂ ਜੱਸੜ ਸਾਹਿਬ ਦਾ ਬੜਾ ਹੀ ਧੰਨਵਾਦੀ ਹਾਂ ਕਿ ਉਹਨਾਂ ਨੇ ਮੁੱਛਾਂ ਰੱਖੀਆਂ ਵਿਚਾਰਿਆਂ ਨੂੰ, ਮੈਂ ਬੜਾ ਹੀ ਧੰਨਵਾਦੀ ਹਾਂ ਉਹਨਾਂ ਦਾ ਦੋ ਬੰਦੇ। ਜੱਸੜ ਸਾਹਿਬ ਦਾ ਤੇ ਆ ਜਿਹੜਾ ਤੁਸੀਂ ਪਾਇਆ ਗਲ 'ਚ ਗਮਛਾ ਬੋਲਦੇ ਆ ਹਿੰਦੀ ਦੇ ਵਿੱਚ, ਜਿਹੜਾ ਕੱਪੜਾ ਤੁਸੀਂ ਪਾਇਆ ਜੀ, ਉਹਨਾਂ ਨੇ ਨਾਲੇ ਸਾਡੇ ਨੂੰ ਮਫਲਰ ਕਹਿੰਦੇ ਨੇ, ਮਫਲਰ ਗਮਛਾ ਬਈਆਂ ਦੀ ਭਾਸ਼ਾ 'ਚ ਕਹਿੰਦੇ ਨੇ ਜੀ। ਅੱਛਾ, ਮਤਲਬ ਹਿੰਦੀ 'ਚ ਕਹਿੰਦੇ? ਹਿੰਦੀ 'ਚ ਆਪਣਾ ਮਫਲਰ ਕਹਿ ਦਿੰਦੇ ਆ ਜੀ। ਨਹੀਂ, ਇੰਗਲਿਸ਼ 'ਚ ਮਫਲਰ ਕਹਿੰਦੇ ਨੇ। ਹਾਂਜੀ, ਚਲੋ ਕਹਿੰਦੇ ਹੋਣੇ ਜੀ। ਹਾਂਜੀ, ਇੰਗਲਿਸ਼ ਦੇ ਵਿੱਚ ਵੀ ਮੈਂ ਕਈ ਵਾਰੀ ਵਿਆਹ ਪਕਾ ਰਿਹਾ ਹੁੰਦਾ ਜੀ, ਪੰਜਾਬੀ ਆ ਜੋ ਪਹਿਲਾਂ ਮੈਨੂੰ ਕਹਿੰਦੇ ਨੇ, ਹਾਂਜੀ ਗਿੱਲ ਸਾਹਿਬ ਕਿੱਥੇ ਵਿਆਹ ਪਕਾ ਰਿਹਾ ਜੀ, ਕਿੱਥੇ ਜੀ? ਮੈਂ ਵਧਾਉਛੀ ਲੱਗਿਆ ਵਾਂ ਜੀ, ਕਿਹਦਾ ਵਿਆਹ ਹੈ? ਮੁੰਡੇ ਦਾ ਵਿਆਹ ਹੈ ਜੀ। ਅੱਛਾ, ਬਰਾਤ ਕਿੱਥੇ, ਬਰਾਤ ਕਿੱਥੇ ਜਾਊਗੀ? ਉਹ ਮੈਂ ਹੈਰਾਨ ਹੁੰਦਾ ਵੀ ਦੱਸੋ, ਮੈਂ ਵਿਚੋਲਾ, ਮੈਂ ਤਾਂ ਹਲਵਾਈ ਆ, ਮਤਲਬ ਇਦਾਂ ਦੇ ਸਵਾਲ ਤੁਹਾਡੇ ਕੋਲ ਹੀ ਮਤਲਬ ਨੌਲੇਜ ਲੈਣ ਲੱਗ ਜਾਂਦੇ ਨੇ। ਮੈਂ ਕਹਿੰਦਾ ਪੂਰੀ ਡਿਟੇਲ, ਕਿਤਨਾ ਕਿਤੇ ਲੱਡੂ ਖਾਣ ਦੇ ਬਹਾਨੇ ਤਾਂ ਨਹੀਂ ਕਹਿੰਦੇ ਬੰਦੇ ਵੀ ਲੱਡੂ ਖਾ ਲਾਂਗੇ ਫ੍ਰੀ 'ਚ ਆ ਕੇ? ਕੋਈ ਨਾ ਕੋਈ ਰਿਸ਼ਤੇਦਾਰੀ ਕੱਢ ਲਾਂ। ਜ਼ਮਾਨਾ ਆ ਗਿਆ ਜੀ, ਮਿੱਠਾ ਨਹੀਂ ਖਾਂਦਾ, ਮਿੱਠਾ ਨਹੀਂ ਕੋਈ ਵੀ ਖਾਂਦਾ ਜੀ। ਖੱਟੇ ਦਾ, ਖੱਟੇ ਦਾ ਜ਼ਮਾਨਾ ਆ ਗਿਆ, ਇਹ ਤਾਂ ਮਿੱਠ ਖੱਟੇ ਦਾ, ਖੱਟ ਮਿੱਠੇ ਦਾ ਜ਼ਮਾਨਾ ਆ ਗਿਆ ਜੀ। ਲੱਡੂ ਤਾਂ ਜੀ ਬਸ ਹੀ ਕਿਵੇਂ ਬਣਦਾ, ਵੀ ਵਿਆਹ ਦਾ ਸ਼ਿੰਗਾਰ ਆ ਲੱਡੂ। ਅੱਛਾ, ਖਾਂਦਾ ਨਹੀਂ? ਕਿਵੇਂ ਬਣਦਾ? ਖਾਂਦੇ ਨੇ ਜੀ, ਬਹੁਤ ਘੱਟ ਖਾਂਦੇ ਨੇ ਜੀ ਲੱਡੂ। ਫਿਰ ਅੱਜ ਕੱਲ ਕੀ ਜ਼ਿਆਦਾ ਖਾਂਦੇ ਆ ਲੋਕ? ਬਸ ਆਹੀ ਜੀ ਚਾਟ ਟਿੱਕੀ ਵਗੈਰਾ, ਸੇਮੀਆਂ ਜਿਹੜੀਆਂ ਬਹੁਤ ਮੂੰਹ ਨੂੰ ਆ ਉਹ ਵਾਲੀ ਚੀਜ਼ ਜ਼ਿਆਦਾ ਚੱਲਦੀ। ਕੀ ਕਹਿੰਦੇ? ਕਿਹਨੂੰ ਚੜਿਆ ਵਾ ਹੁੰਦਾ ਉਹਨਾਂ? ਕਹਿੰਦੇ ਕਿ ਉਹਨੂੰ ਸੇਮੀਆਂ? ਮੈਨੂੰ ਤਾਂ ਜੀ ਸੇਮੀਆਂ ਜੇ ਕਹਿਣਾ ਹੁੰਦਾ, ਮੈਂ ਤਾਂ ਮੈਨੂੰ ਤਾਂ ਨੌ ਵੀ ਨਹੀਂ ਲਿਆ ਜਾਂਦਾ ਜੀ। ਨਿਊਡਲਸ ਕਹਿੰਦੇ ਆ ਮੇਰੇ ਹਿਸਾਬ ਨਾਲ। ਹਾਂ, ਨਿਊਡਲਸ ਕਹਿੰਦੇ ਨੇ ਜੀ। ਤਾਂ ਫਿਰ ਕਈ ਵਾਰ ਮੈਨੂੰ ਫੋਨ ਆਈ ਜਾਂਦਾ ਜੀ, ਫਿਰ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਵੀ ਆਈ ਐਮ ਬੀ ਜੀ ਪਲੀਜ਼ ਨੋ ਡਿਸਟਰਬ ਮੀ, ਟ੍ਰਾਈ ਟੂ ਅੰਡਰ ਮਾਈ ਪੁਆਇੰਟ ਓਨਲੀ 4 ਡੇਜ਼ ਆਈ ਐਮ ਬੀ ਜੀ ਪਲੀਜ਼। ਮੈਂ ਤਾਂ ਫਿਰ ਉਹਨਾਂ ਨੂੰ ਐਂ ਕਹਿ ਦਿੰਦਾ, ਛੋਟੇ ਬੱਚਿਆਂ ਨੂੰ ਜੇ ਮਾਰਦਾ ਹੁੰਦਾ, ਫਰੈਂਡ ਕਮ ਹੇਅਰ ਪਲੀਜ਼, ਮੈਂ ਪਲੀਜ਼ ਡਰਿੰਕਿੰਗ ਵਾਟਰ ਪਲੀਜ਼ ਫਾਸਟ, ਉਹਨੂੰ ਮੈਂ ਅੰਗਰੇਜ਼ੀ 'ਚ ਆਵਾਜ਼ ਮਾਰ ਦਿੰਦਾ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਜੀ? ਹਾਂਜੀ ਹਾਂਜੀ। ਅਤੇ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਮਲਕੀਤ ਸਿੰਘ ਗਿੱਲ ਹੈ ਜੀ। ਮਲਕੀਤ ਸਿੰਘ ਜੀ, ਤੁਸੀਂ ਕੰਮ ਕਾਰ ਕੀ ਕਰਦੇ? ਮੈਂ ਹਲਵਾਈ ਦਾ ਕੰਮ ਕਰਦਾ ਸਰ। ਕਿਆ ਬਾਤ ਹੈ, ਤੁਹਾਡੇ ਕੋਲੋਂ ਤਾਂ ਦੇਖ ਕੇ ਲੱਗ ਰਿਹਾ ਵਾ ਵੀ ਤੁਸੀਂ ਖਿੱਚ ਰਹੇ ਹੋ ਕੰਮ ਨੂੰ। ਹਾਂਜੀ, ਜਿਹੜੇ ਕਮੀਜ਼ ਤੇ ਛਿੱਟੇ ਲੱਗੇ ਹੁੰਦੇ ਨੇ ਜੀ, ਹਲਦੇ ਮੈਂ ਉਹੀ ਕਹਿ ਰਿਹਾ ਸੀ, ਨੋਟ ਹੁੰਦੇ ਨੇ ਜੀ, ਅਸੀਂ ਛਿੱਟੇ ਨਹੀਂ ਸਮਝਦੇ ਉਹਨਾਂ ਨੂੰ। ਨਹੀਂ, ਮੈਨੂੰ ਨਾ ਕਿਤੇ ਲੱਡੂਆਂ ਦੀ ਖੁਸ਼ਬੂ ਆ ਰਹੀ ਸੀ, ਮੈਂ ਤਾਂ ਕਿਹਾ। ਹਾਂਜੀ ਹਾਂਜੀ, ਇੱਕ ਬੰਦਾ ਅਚਾਰ ਦਾ ਕੰਮ ਕਰ ਸਕਦੇ, ਬੱਸ 'ਚ ਲੁਧਿਆਣੇ ਜਾ ਰਿਹਾ ਸੀ, ਉਹਨੂੰ ਇੱਕ ਸਵਾਰੀ ਨੇ ਪੁੱਛ ਲਿਆ, ਭਾਈ ਸਾਹਿਬ ਤੁਸੀਂ ਅਚਾਰ ਦਾ ਕੰਮ ਕਰਦੇ, ਕਿਉਂਕਿ ਮਹਿਕ ਇੰਨੀ ਚੜ ਜਾਂਦੇ ਜੀ ਮਿੱਠੇ ਦੀ ਜਾਂ ਅਚਾਰ ਵਗੈਰਾ। ਮਤਲਬ ਅਚਾਰ ਦੀ ਵੀ ਉਹ 'ਚ ਸਮੈਲ ਆਉਂਦੀ ਸੀ? ਬਿਲਕੁਲ ਜੀ, ਉਹਦੇ ਅਚਾਰ ਦੀ ਵੀ ਸਮੈਲ ਆ ਰਹੀ ਸੀ। ਤੇ ਤੁਸੀਂ ਕਿੱਥੇ ਕਿੱਥੇ ਪ੍ਰੋਗਰਾਮ ਲਾਉਂਦੇ ਹੋ? ਮੈਂ ਜੀ ਬਸ ਆਹੀ ਆਪਣਾ ਰੁੜਕੀ ਜਖਵਾਲੀ ਨਾਲ ਵਗੈਰਾ ਪਿੰਡਾਂ ਜੀ, ਆਪਣਾ ਵਧਾਉਛੀ ਕਲਾਂ ਵਗੈਰਾ, ਆਪਣਾ
ਮਗਨ ਮਾਜਰਾ ਡੇਰਾ ਜੀ ਤੇ ਮੇਰੇ ਜਿਹੜੇ ਨਜ਼ਦੀਕੀ ਪਿੰਡਾਂ ਜੀ ਮੈਂ ਉੱਥੇ ਸਾਰੇ ਕੰਮ ਕਰਦਾ ਤੇ ਕੱਲਾ ਮਤਲਬ ਇੰਡੀਆ ਦੇ ਵਿੱਚ ਉਹਨਾਂ ਕੋਲ ਬਾਹਰ ਵੀ ਚੱਲਦਾ ਨਹੀਂ ਜੀ ਮੈਂ ਬਾਹਰ ਵੀ ਗੇੜਾ ਕੱਢ ਕੇ ਕਿੱਥੇ ਕਿੱਥੇ ਮੈਂ ਡਬਈ ਮਾਸਕਟ ਜਾ ਕੇ ਆਇਆ ਜੀ ਉੱਥੇ ਮੈਂ ਡਬਈ ਦੇ ਵਿੱਚ ਜਾ ਕੇ ਦੇਖਿਆ ਜੀ 165 ਫਲੋਰ ਵਿੱਚ ਦਾ ਸਭ ਤੋਂ ਵੱਡਾ ਟਾਵਰ ਜੀ ਉੱਥੇ ਜਿੰਨੇ ਲੋਕ ਮੈਨੂੰ ਮਿਲੇ ਮੈਂ ਸਾਰਿਆਂ ਦੀ ਭਾਸ਼ਾ ਮੈਨੂੰ ਸ਼ੌਂਕ ਸੀ ਭਾਸ਼ਾ ਦਾ ਮੈਨੂੰ ਬੰਗਲਾਦੇਸ਼ ਦੇ ਲੋਕ ਮਿਲੇ ਮੈਂ ਉਹਨਾਂ ਨਾਲ ਗੱਲ ਕਰੀ ਉਹ ਬੋਲਦੇ ਸੀ ਭਈਆ ਕੰਮ ਨਾ ਆਛੂ ਭਾਲੂ ਆਛੀ ਕਿ ਕਿਹਾ ਕੁੱਥਾ ਜਾਈ ਸੀ ਤੁਮਕੇ ਭਾਲੂ ਲੱਗ ਚਿਆ ਵੀ ਕਿਹਾ ਕੌਣ ਉਹ ਇਦਾਂ ਦੀ ਬੋਲੀ ਬੋਲਦੇ ਸੀ ਜੀ ਅੱਛਾ ਹਾਂਜੀ ਮੈਨੂੰ ਚੁੱਪ ਕਰਾਤਾ ਤੁਸੀਂ ਤਾਂ ਹਾਂਜੀ ਹਾਂਜੀ ਉਹ ਇੱਦਾਂ ਦੀ ਬੋਲੀ ਬੋਲਦੇ ਤੇ ਜੀ ਨਹੀਂ ਮੈਂ ਤੁਸੀਂ ਤਾਂ ਮੈਨੂੰ ਹੀ ਚੁੱਪ ਕਰਾ ਮੇਰੇ ਕੋਲੋਂ ਜੀ ਇੱਕ ਪਿਆਜ਼ ਲੈਣ ਆ ਗਿਆ ਇੰਡੋਨੇਸ਼ੀਆ ਦਾ ਇੱਕ ਛੋਟੇ ਜਿਹੇ ਕੱਦ ਦਾ ਨੇਪਾਲੀ ਜਿਹਾ ਲੱਗੇ ਮੈਨੂੰ ਦੇਖਣ ਨੂੰ ਮੈਨੂੰ ਕਹਿੰਦਾ ਸਿੰਘ ਸਿੰਘ ਤਪਾ ਤੋ ਫੋਰ ਪੀਸ ਅੱਛਾ ਜੀ ਮੈਂ ਕਿਹਾ ਯਾਰ ਤਪਾ ਤੋ ਮੈਂ ਬੜੇ ਉਹਨੂੰ ਚੀਜ਼ਾਂ ਦਿਖਾਈਆਂ ਗੋਭੀ ਵਗੈਰਾ ਦਿਖਾਈ ਜੀ ਬਹੁਤ ਸਾਰੇ ਦਿਖਾਏ ਉਹ ਨਹੀਂ ਜੀ ਆਪਣਾ 4 ਡੇਜ਼ ਤਪਾ ਤੋ 2 ਪੀਸ ਤਪਾ ਤੋ ਚਲ ਬਾਹਰੋਂ ਪਿਆਜ਼ ਦਾ ਪੱਤਾ ਚੱਕ ਕੇ ਲਿਆ ਤਾਂ ਮੈਨੂੰ ਪਤਾ ਲੱਗਿਆ ਵੀ ਪਿਆਜ਼ ਨੂੰ ਕਹਿ ਰਿਹਾ ਹਾਂਜੀ ਤੇ ਇੰਡੋਨੇਸ਼ੀਆ ਹੋ ਗਿਆ ਬੰਗਲਾਦੇਸ਼ ਹੋਰ ਕਿਹੜੀ ਭਾਸ਼ਾ ਆਉਂਦੀ ਆਪਾਂ ਭਾਸ਼ਾ ਜੀ ਬਸ ਅਰਬੀ ਵੀ ਆਉਂਦੀ ਹੈ ਜੀ ਮੈਨੂੰ ਸੁਣਾ ਦਿਓ ਫਿਰ ਅਰਬੀ ਉਹਨਾਂ ਨੂੰ ਪੁੱਛਣਾ ਪੈਂਦਾ ਹੁਣ ਜਿਵੇਂ ਬਾਪੂ ਨੇ ਕਹਿੰਦੇ ਬਾਪੂ ਸਤਿ ਸ਼੍ਰੀ ਅਕਾਲ ਜਾਂ ਕੀ ਹਾਲ ਆ ਉਹਨਾਂ ਨੂੰ ਕਹਿਣਾ ਪੈਂਦਾ ਜੀ ਵੀ ਸਿੰਘ ਕੇ ਆਪਣਾ ਕੇ ਫਾਲਸ ਦੀ ਉਹ ਕਹਿੰਦੇ ਮਾਫੀ ਸ਼ੁਕਲ ਤਰਤੀਬ ਉਹ ਇਦਾਂ ਦਾ ਜਵਾਬ ਕੀ ਬਾਤ ਹੈ ਜੀ ਜੇ ਉਹ ਗੁੱਸੇ 'ਚ ਹੁੰਦੇ ਤੇ ਜੀ ਫਿਰ ਉਹ ਐਂ ਕਹਿੰਦੇ ਇੰਤਕਲਾ ਮਾਫੀ ਨਾ ਪਰਾਲਾ ਸੁਤਾਲਾ ਉਹ ਇਦਾਂ ਦਾ ਕੁਛ ਕਹਿੰਦੇ ਤੇ ਜੀ ਉਹ ਮਤਲਬ ਇਹ ਤੁਸੀਂ ਇੰਨਾ ਟੈਲੈਂਟ ਭਰੀ ਫਿਰਦੇ ਹੋ ਕਮਾਲ ਦੀ ਗੱਲ ਹੋ ਗਈ ਬਸ ਬਸ ਸਰ ਨਮਾਇਣਾ ਗਰੀਬ ਦੀ ਜਾਂ ਨਾ ਮਾਂ ਹੈ ਨਾ ਬਾਪ ਨਾ ਬਾਦੀਆਂ ਨਾ ਪਲਾਰਾ ਗਰੀਬਾਂ ਦੇ ਗੱਲੇ ਬੋਰੀਆਂ ਥੱਲੇ ਨਾ ਕੋਈ ਬੈਂਕ ਖਾਤਾ ਨਾ ਏਟੀਐਮ ਇੱਕ ਏਟੀਐਮ ਬਣਾਇਆ ਸੀ ਜੀ ਬੈਂਕ ਨੇ ਕਹਿੰਦੇ ਤੂੰ ਐਕਟੀਵੇਟ ਨਹੀਂ ਕਰਾਉਣਾ ਇਹ ਤਾਂ ਹੁਣ ਖਰਾਬ ਹੋ ਗਿਆ ਹੁਣ ਚੱਲਦਾ ਨਹੀਂ ਅੱਛਾ ਤੇ ਗੱਲ ਕਰੀਏ ਤੁਹਾਡੇ ਤਾਂ ਜੀ ਬਹੁਤ ਟੈਲੈਂਟ ਡੁੱਲ ਡੁੱਲ ਪੈ ਰਿਹਾ ਜਿਵੇਂ ਕਹਿੰਦੇ ਹੁੰਦੇ ਨੇ ਪੀਪੇ ਦੇ ਵਿੱਚੋਂ ਘਿਓ ਡੁੱਲਦਾ ਹੁੰਦਾ ਹੈ ਨਾ ਜੀ ਬਸ ਜੀ ਦੇਰ ਆਏ ਦਰੁਸਤ ਆਏ ਕੋਈ ਤੁਹਾਡੇ ਵਰਗਾ ਕੋਹੇਨੂਰ ਹੀਰਾ ਮਿਲੇ ਨਹੀਂ ਮੈਨੂੰ ਜਿਹੜਾ ਵਿਕਟੋਰੀਆ ਕਵੀਨ ਦੀ ਕੁਰਸੀ 'ਚ ਲੱਗਿਆ ਵਾ ਹੋਵੇ 1947 ਤੇ ਪਹਿਲਾਂ ਗੋਰੇ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਤੇ ਖੋ ਕੇ ਲੈ ਗਏ ਤੇ ਜੀ ਇੰਗਲੈਂਡ ਦੀ ਮਹਾਰਾਣੀ ਦੀ ਉਹਦੇ 'ਚ ਲੱਗਿਆ ਵਾ ਵਿਕਟੋਰੀਆ ਕਵੀਨ ਦੀ ਕੁਰਸੀ 'ਚ ਲੱਗਿਆ ਵਾ ਜੀ ਤੁਹਾਡੇ 'ਚ ਤਾਂ ਉਸ ਤਰ੍ਹਾਂ ਦੀ ਮਹਿਕਾਨ ਆ ਰਹੀ ਹੈ ਮੇਰੀ ਜੇਬ ਤਾਂ ਕੁਛ ਵੀ ਨਹੀਂਗਾ ਜੀ ਤੈਨੂੰ ਤਾਂ ਵੀ ਮੈਂ ਕਰੀਏ ਕੀ ਬਾਤ ਤਾਂ ਜੀ ਫਿਰ ਗਰੀਬਾਂ ਦੇ ਗੱਲੇ ਬੋਰੀਆਂ ਥੱਲੇ ਆ ਤਾਂ ਪੜਦਾ ਹੀ ਹੁੰਦਾ ਜੀ ਗੁਰੂ ਨਾਨਕ ਪਾਤਸ਼ਾਹ ਦਾ ਵਾਹ ਜੀ ਵਾਹ ਕੀ ਬਾਤ ਹੈ ਤੁਸੀਂ ਮਤਲਬ ਇੰਨੇ ਘੁੰਮੇ ਆਏ ਜਗ੍ਹਾ ਤੇ ਤੁਹਾਡੇ ਤੇ ਤੁਸੀਂ ਇਕੱਲੇ ਹੀ ਹੋ ਮਤਲਬ ਮੈਨੂੰ ਤਾਂ ਲੱਗਦਾ ਤੁਸੀਂ ਇਕੱਲੇ ਹੀ 1.25 ਲੱਖ ਦੇ ਬਰਾਬਰ ਹੋ ਤੁਹਾਨੂੰ ਤਾਂ ਲੋੜ ਨਹੀਂ ਪੈਂਦੀ ਹੋਣੀ ਅਸਿਸਟੈਂਟ ਦੀ ਮੇਰੇ ਕੋਲ 2 ਬੇਟੇ ਨੇ ਜੀ ਇੱਕ ਗੁੜੀਆ ਮੇਰੀ ਇੱਕ ਬਹੂ ਆ ਜੀ ਨਹੀਂ ਮੈਂ ਕੰਮ ਕਾਰ ਦੀ ਪੁੱਛਿਆ ਵਾ ਵੀ ਇੱਥੇ ਕੰਮ ਕਾਰ ਮਤਲਬ ਹਲਵਾਈ ਵਾਲਾ ਕੰਮ ਇਕੱਲੇ ਹਲਵਾਈ ਦਾ ਟ੍ਰੇਡ ਆ ਜੀ ਮੇਰੇ ਨਾਲ 2 ਹੋਰ ਵਰਕਰ ਨੇ ਜੀ ਬਾਈ ਸੀਨੀਅਰ ਆ ਜੀ ਇੱਕ ਸਾਡਾ ਜੂਨੀਅਰ ਆ ਅੱਛਾ ਮੈਨੂੰ ਹੀ ਲੱਗਦਾ ਤੁਹਾਨੂੰ ਲੋੜ ਪੈਂਦੀ ਹੋਣੀ ਨਹੀਂ ਜੀ ਪੈਂਦੀ ਆ ਜੀ ਲੋੜ ਤਾਂ ਨਹੀਂ ਟੈਲੈਂਟ ਤਾਂ ਤੁਹਾਡੇ 'ਚੋਂ ਡੁੱਲ ਡੁੱਲ ਕੇ ਨਿਕਲਿਆ ਜਿਹੜੇ ਮੈਟਰ 'ਤੇ ਗੱਲ ਕਰਦੇ ਆ ਤੁਸੀਂ ਉਸੇ ਮੈਟਰ ਤੁਹਾਡੇ 'ਚ ਟੈਲੈਂਟ ਨਿਕਲਿਆ ਆਉਂਦਾ ਵਾ ਹਾਂਜੀ ਹਾਂਜੀ ਬਸ ਇੱਕ ਕਮੀ ਰਹਿ ਗਈ ਹੁਣ ਬਸ ਗੀਤ ਸੁਣਾ ਦਿਓ ਕੋਈ ਵੀ ਤੁਹਾਡਾ ਪਸੰਦੀਦਾ ਹੋਵੇ ਮੈਨੂੰ ਤਾਂ ਜੀ ਉਹ ਗੀਤ ਨਹੀਂ ਵਧੀਆ ਲੱਗਦੇ ਵਾਲੇ ਪੁੱਛ ਲਓ ਵੀ ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ ਕਿਸੇ ਨਿਆਣੇ ਨੂੰ ਨਾ ਥੱਲੇ ਦੇ ਦੇ ਗੱਡੀ ਮੋੜ ਕੇ ਆ ਕੇ ਤਾਂ ਬਣਾ ਦੇ ਆਰਾਮ ਨਾਲ ਬਾਕੀ ਫਿਰ ਕੰਮ ਕਰ ਲਈ ਵੀ ਅਸੀਂ ਕੀ ਲੈਣਾ ਤੂੰ ਗੱਡੀ ਮੋੜ ਕੇ ਜਾਂ ਕਹਿ ਦੇਣਾ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਜੱਟ ਦਾ ਮੁਕਾਬਲਾ ਵੀ ਕਣਕ ਬੀਜ ਲਓ ਪਛੇਤੀ ਕਣਕ ਬੀਜ ਲਓ ਪਾਣੀ ਦੇ ਦਿਓ ਕਣਕ ਕਿਉਂ ਮੁਕਾਬਲੇ ਕਰਦੇ ਹੁਣ ਤਾਂ ਇੰਨੇ ਸਿਆਣੇ ਹੋ ਗਏ ਲੋਕ ਮੈਂ ਕਿਤੇ ਇਦਾਂ ਕੰਮ ਲਾਇਆ ਵਾ ਸੀ ਰੇਹੜੀ ਲਾਈ ਵੀ ਸੀ ਮੈਂ ਜੱਟਾਂ ਦੇ ਮੁੰਡੇ ਨੂੰ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਤਾਂ ਗਣਾਸਿਆਂ ਨਾਲ ਲੜਾਈ ਕਰਨ ਵਾਲੇ ਤੇ ਤੁਸੀਂ ਹੁਣ ਲੜਦੇ ਕਿਉਂ ਨਹੀਂ ਕਹਿੰਦਾ ਭਾਈ ਸਾਹਿਬ ਖਾ ਪੀ ਲਓ ਲੜਾਈ 'ਚ ਕੇ ਰੱਖਿਆ ਕਹਿੰਦਾ ਤੇ ਉੱਥੋਂ ਹੁਣ ਜੱਟ ਵੀ ਬੜੇ ਸਿਆਣੇ ਹੋ ਗਏ ਜੀ ਡੂਕੀਆਂ ਕਰਦੇ ਹੋ ਜੀ ਗੱਲਾਂ ਵੈਸੇ ਮੈਂ ਹਿਸਾਬ ਲਾ ਲਿਆ ਟੈਲੈਂਟ ਇਹ ਲੁਕਿਆ ਰਹਿ ਗਿਆ ਬਹੁਤ ਵਧੀਆ ਤੁਹਾਡੇ 'ਚ ਟੈਲੈਂਟ ਆ ਜੀ ਮਤਲਬ ਤੁਸੀਂ ਤਾਂ ਫਿਲਮਾਂ ਦੇ ਵਿੱਚ ਵੀ ਕੰਮ ਕਰ ਸਕਦੇ ਹੋ ਕੋਈ ਆਇਆ ਨਹੀਂ ਕਦੇ ਰੋਲ ਸਰ ਮੌਕਾ ਹੀ ਨਹੀਂ ਮਿਲਿਆ ਜੀ ਕਿਤੇ ਮੌਕਾ ਹੀ ਨਹੀਂ ਜੀ ਕਿਤੇ ਮਿਲਿਆ ਜੇ ਮਤਲਬ ਤੁਹਾਨੂੰ ਮੌਕਾ ਦੇ ਦਈਏ ਕੋਈ ਗੱਬਰ ਦਾ ਤੁਸੀਂ ਰੋਲ ਅਦਾ ਕਰਨਾ ਹੋਵੇ ਮਤਲਬ ਫਿਲਮ ਦੇ ਵਿੱਚ ਮੈਂ ਜੀ ਨਮਾਣਾ ਗਰੀਬ ਹਾਂ ਜੀ ਮੈਂ ਤਾਂ ਦੂਏ ਰੋਲ ਕਰਦਾ ਹੁੰਦਾ ਮੈਂ ਕਰਕੇ ਦਿਖਾ ਦਿੰਦਾ ਤੇ ਸਾਡੇ ਦਰਸ਼ਕਾਂ ਨੂੰ ਫਿਰ ਕਰਕੇ ਤਾਂ ਦਿਖਾ ਦਿਓ ਇੱਕ ਵਾਰੀ ਐਕਟ ਸਰ ਮੰਗਤਿਆਂ ਪਰ ਮੈਨੂੰ ਬੜਾ ਗੁੱਸਾ ਆਉਂਦਾ ਜੀ ਚੰਗੇ ਭਲੇ ਹੱਟੇ ਕੱਟੇ ਹੁੰਦੇ ਨੇ ਜਦੋਂ ਇਹਨਾਂ ਨੇ ਪਿੰਡ 'ਚ ਵੜਨਾ ਹੁੰਦਾ ਫਿਰ ਇਹ ਹੋਰ ਦੂਜਾ ਰੋਲ ਕਰ ਲੈਂਦੇ ਹੁੰਦੇ ਨੇ ਫਿਰ ਹੋਰ ਮਤਲਬ ਘੈਂਟ ਜਮਣ ਇਹ ਆ ਰੋਲ ਮੇਰੀ ਜੇਬ 'ਚ ਕੋਈ ਨਹੀਂ ਹੈਗਾ ਜੀ ਅੱਛਾ ਜੀ ਚਲੋ ਭਗਵਾਨ ਆ ਜੀ ਸਾਡਾ ਮੰਗਤੇ ਨਹੀਂ ਨਹੀਂ ਮੇਰੀ ਜੇਬ 'ਚ ਹੁੰਦੇ ਮੈਂ ਦੇ ਦੇਣੇ ਸੀ ਤੁਹਾਨੂੰ ਹੈ ਨਹੀਂ ਗਾ ਜੀ ਚਲੋ ਠੀਕ ਤੁਸੀਂ ਵੀ ਮੇਰੇ ਵਰਗੇ ਲੱਗਦੇ ਚੰਗਾ ਜੀ ਫਿਰ ਬਾਪੂ ਉਹਨਾਂ ਨੂੰ ਪੁੱਛਦੇ ਬਾਪੂ ਜੀ ਨੂੰ ਪੁੱਛੋ
ਸਰ ਇੱਕ ਹਾਸੀ ਦੀ ਗੱਲ ਆ ਜੀ, ਜਦੋਂ ਸਰਕਾਰਾਂ ਚੇਂਜ ਹੋਈਆਂ ਨੇ, ਆਪਣਾ ਦੂਜੀਆਂ ਨਵੀਆਂ ਸਰਕਾਰਾਂ ਬਣੀਆਂ ਨੇ ਜੀ, ਨਵੇਂ ਸਰਪੰਚ ਬਣੇ ਨੇ, ਵਾਰਡਬੰਦੀ ਬਣੀ ਆ ਜੀ, ਤਾਂ ਇੱਕ ਪਿੰਡ ਦੇ ਵਿੱਚ ਇੱਕ ਟੀਮ ਆ ਗਈ ਅਫਸਰ ਸਾਹਿਬਾਨਾਂ ਦੀ, ਉਹ ਪੁੱਛਣ ਲੱਗੀ ਲੋਕੇਸ਼ਨ ਪੱਖੋਂ ਵੀ ਜੀ ਆਹ ਕਿਹਨਾਂ ਦਾ ਘਰ ਆ, ਉਹ ਕਿਹਨਾਂ ਦਾ ਘਰ ਆ, ਜਿਹਨਾਂ ਦੇ ਘਰ ਦੇ ਵਿੱਚ ਚੀਕ ਜੀ ਕੱਢੀ ਵੀ ਇੱਥੇ ਨਾਲਾ ਬਣੂਗਾ। ਕਹਿੰਦੇ ਸਰ ਇਹ ਸਰਕਾਰ ਨੇ ਕੌਣ ਨੇ ਇਹਨਾਂ ਦਾ, ਕੀ ਇਹਨਾਂ ਦਾ ਨਾਂ? ਕਹਿੰਦੇ ਜੀ ਗਿੱਲ ਸਾਹਿਬ ਨੇ ਜੀ। ਅੱਛਾ। ਉਹ ਬੰਦੇ ਅੱਗੇ ਚਲੇ ਗਏ, ਥੋੜ੍ਹਾ ਜਿਹਾ ਅੱਗੇ ਰੋੜਿਆਂ ਦੀ ਢੇਰੀ ਲੱਗੀ ਪਈ, ਕਹਿੰਦੇ ਇਹ ਸਰ ਕੌਣ ਨੇ, ਕੀ ਲੋਕੇਸ਼ਨ ਇਹਨਾਂ ਦਾ, ਕੀ ਨਾ? ਕਹਿੰਦੇ ਰੋੜਾ ਸਾਹਿਬ ਨੇ ਜੀ। ਅੱਛਾ, ਰੋੜਾ ਸਾਹਿਬ ਨੇ। ਹਾਂਜੀ, ਅੱਗੇ ਇੱਕ ਬਾਪੂ ਵਰਗਾ ਪੱਗ ਜੀ ਪੁੱਠੀ ਜੀ ਬੰਨੀ ਵੀ, ਇਹ ਕੌਣ ਆ ਗਏ ਸਰਦਾਰ ਜੀ? ਕਹਿੰਦੇ ਮੰਡੇਰ ਸਾਹਿਬ ਨੇ ਜੀ। ਇੱਕ ਵਧੀਆ ਜੀ ਪੱਗ ਬੰਨੀ ਵੀ, ਉਹ ਬਾਪੂ ਵਰਗੇ ਕਿਸੇ ਨੇ, ਉਹ ਬਾਪੂ ਬੈਠੇ ਨੇ ਜਿਹੜੇ। ਹਾਂਜੀ ਹਾਂਜੀ। ਕਹਿੰਦੇ ਇਹ ਕੌਣ ਨੇ? ਕਹਿੰਦੇ ਜੀ ਬਰਿਆੜ ਸਾਹਿਬ ਨੇ। ਅੱਛਾ। ਇੱਕ ਤੁਹਾਡੇ ਵਰਗੇ ਮੁੰਡੇ ਨੇ ਪਿੱਛੇ ਬਾਲ ਜੇ ਕਰੇ ਹੋਏ ਜੀ, ਕਹਿੰਦੇ ਸਰ ਕਿਹੜੇ ਆ ਗਏ ਜੀ? ਕਹਿੰਦੇ ਗਰੇਵਾਲ ਸਾਹਿਬ ਨੇ ਜੀ। ਅੱਛਾ, ਗਰੇਵਾਲ। ਹਾਂਜੀ, ਗਰੇਵਾਲ ਸਾਹਿਬ ਨੇ ਜੀ ਇਹ। ਇੱਕ ਬੰਦੇ ਦੇ ਸਿਰ 'ਚ ਬਾਲ ਨਹੀਂ ਸੀ ਵਿਚਾਰੇ, ਉਹ ਆਉਂਦੇ ਕਹਿੰਦੇ ਜੀ ਇਹ ਸਰ ਇਹ ਕਰ ਕਿਹੜੇ ਆ? ਕਹਿੰਦੇ ਚੋਪੜਾ ਸਾਹਿਬ ਨੇ ਜੀ। ਮਤਲਬ ਜੀ ਸਰ ਫਿਰ ਤਾਂ ਜੀ ਪੀ ਕੇ ਰੇੜੀ ਪੀ ਕੇ ਛੇੜੀ ਪੀ ਕੇ ਗਿਰਪੜੇ ਪਤਾ ਨਹੀਂ ਕੀ ਬਣ ਗਿਆ ਜੀ। ਲਓ ਜੀ, ਦਰਸ਼ਕੋ ਇਹਨਾਂ ਨੇ ਕੋਈ ਨਹੀਂ ਛੱਡਿਆ ਹੈਗਾ, ਸਾਰਿਆਂ ਦੇ ਨਾਮ ਗਣਾ ਦਿੱਤੇ ਨੇ। ਬਹੁਤ ਥੋੜ੍ਹੇ 'ਚ ਟੈਲੈਂਟ ਆ ਜੀ, ਇੱਕ ਦੋ ਤਿੰਨ, ਕਿੰਨੀਆਂ ਗੱਲਾਂ ਕਰਦੇ ਤੁਸੀਂ ਤਾਂ ਹਰ ਫੀਲਡ ਦੇ ਵਿੱਚ ਫੱਟੇ ਚੱਕੇ।